ਸਤਿ ਸ਼੍ਰੀ ਅਕਾਲ ਫਰੈਂਡ, ਅੱਜ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਫਿਲਿਪਸ ਦੀ ਕੋਵ ਲਾਈਟ। ਦੇਖ ਰਹੇ ਹੋ ਤੁਸੀਂ ਫਿਲਿਪਸ ਦੀ ਕੋਵ ਲਾਈਟ, ਇੱਕ ਸਟ੍ਰਿਪ ਲਾਈਟ ਹੁੰਦੀ ਹੈਗੀ ਆ ਜਿਹੜੀ ਜਿਸ ਦੀ ਅਰਾਊਂਡ 5 ਮੀਟਰ ਦੀ ਲਾਈਟ ਹੁੰਦੀ ਹੈਗੀ ਆ। 60 LED ਪਰ ਮੀਟਰਸ ਇਹਦੇ ਉੱਤੇ ਲੱਗੀਆਂ ਹੋਈਆਂ ਹਨ ਅਤੇ ਇਹ ਜਿਹੜੀ ਮੈਂ ਲਈ ਹੈ ਇਹ ਵਾਰਮ ਲਾਈਟ ਲਈ ਹੈ। ਇਹ ਤੁਸੀਂ ਦੇਖ ਸਕਦੇ ਹੋ ਵਾਰਮ ਵਾਈਟ, ਇਹ ਵਾਰਮ ਵਾਈਟ ਲਾਈਟ ਲਈ ਹੈ। ਇਹ ਸੀਲਿੰਗ ਦੀ ਪੋਕਿਟ ਦੇ ਵਿੱਚ ਇਹ ਲਾਈਟ ਲੱਗਣੀ ਹੈ ਔਰ ਇਹ ਇਸ ਦੀ ਜਿਹੜੀ 910 ਰੁਪਏ ਤੁਸੀਂ ਕੀਮਤ ਦੇਖ ਰਹੇ ਹੋ ਇਹ ਅਰਾਊਂਡ ਸਾਨੂੰ 550 ਰੁਪਏ ਦੀ ਮੈਨੂੰ ਇਹ ਪਈ ਹੈ। ਇਸ ਦੇ ਨਾਲ ਆ ਚੌਕ ਲੱਗਣੀ ਹੈ, ਇਹ ਚੌਕ ਤੁਹਾਨੂੰ 550 ਤੋਂ ਇਲਾਵਾ ਜਿਹੜੀ ਮਿਲਣੀ ਹੈ। 400 ਰੁਪਇਆ ਲਿਖਿਆ ਹੈ, ਅਰਾਊਂਡ 250 ਦੀ ਇੱਕ ਚੌਕ ਤੁਹਾਨੂੰ ਮਿਲੇਗੀ, ਇਹ ਇਸ ਦੇ ਨਾਲ ਹੀ ਲੱਗਣੀ ਹੈ। ਅਤੇ ਇਸ ਦੇ ਵਿੱਚ ਜਿਹੜਾ ਰੋਲ ਹੁੰਦਾ ਹੈ ਉਹ ਤੁਹਾਨੂੰ ਮੈਂ ਦਿਖਾ ਦਿੰਦਾ ਵਾ। ਇਸ ਦੇ ਅੰਦਰ ਇਸ ਤਰੀਕੇ ਦਾ ਰੋਲ ਹੁੰਦਾ ਹੈ, ਤੁਸੀਂ ਦੇਖ ਰਹੇ ਹੋ। ਇਸ ਨੂੰ ਮੈਂ ਹਾਲੇ ਖੋਲ ਨਹੀਂ ਰਿਹਾ, ਜੇ ਸਾਨੂੰ ਵਾਪਸ ਕਰਨੀ ਪਏਗੀ ਤਾਂ ਫਿਰ ਇਹ ਵਾਪਸ ਨਹੀਂ ਹੋਵੇਗੀ, ਇਸ ਕਰਕੇ ਇਸ ਨੂੰ ਅਸੀਂ ਖੋਲ ਨਹੀਂ ਰਿਹਾ। ਸਾਡੇ ਇਲੈਕਟ੍ਰੀਸ਼ੀਅਨਸ ਦਿਨ ਦੇਖਣਗੇ, ਉਸ ਤੋਂ ਬਾਅਦ ਹੀ ਇਸ ਦਾ ਖੋਲਣਗੇ ਇਸ ਨੂੰ। ਬਾਕੀ ਮੈਂ ਤੁਹਾਨੂੰ ਜਦੋਂ ਸਾਡੇ ਲੱਗ ਜਾਏਗੀ ਫਿਟਿੰਗ ਦੇ ਵਿੱਚ ਫਿਰ ਮੈਂ ਤੁਹਾਨੂੰ ਦਿਖਾਵਾਂਗਾ ਕਿਸ ਤਰੀਕੇ ਦੇ ਨਾਲ ਵਰਕ ਕਰਦੀ ਹੈ। ਇਹ ਅਸੀਂ ਵੈਸੇ ਤਾਂ ਇਸ ਦਾ ਯੂਜ਼ ਜਿਹੜਾ ਹੁੰਦਾ ਹੈ, ਇਸ ਲਾਈਟ ਦਾ ਯੂਜ਼ ਜਿਹੜਾ ਹੁੰਦਾ ਹੈ ਉਹ ਅੱਜ ਕੱਲ੍ਹ ਜਿਹੜੇ ਮਿਰਰ ਆ ਰਹੇ ਆ ਫੈਂਸੀ ਮਿਰਰ ਉਹਦੇ ਚਾਰੋਂ ਤਰਫ ਵੀ ਹੁੰਦਾ ਹੈ, ਅਤੇ ਅਸੀਂ ਤਾਂ ਇਸ ਨੂੰ ਸੀਲਿੰਗ ਦੇ ਵਿੱਚ ਯੂਜ਼ ਕਰਾਂਗੇ। ਸੀਲਿੰਗ ਦੇ ਵਿੱਚ ਯੂਜ਼ ਕਰਕੇ ਅਸੀਂ ਤੁਹਾਨੂੰ ਦੱਸਾਂਗੇ ਇਸ ਦੀ ਕਿਸ ਤਰੀਕੇ ਦੇ ਨਾਲ ਫਿਨਿਸ਼ਿੰਗ ਆਉਂਦੀ ਹੈ। ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਛੱਤ ਦੇ ਫੋਟੋ ਦੇ ਵਿੱਚ ਜਿੱਦਾਂ ਬਣੀ ਹੋਈ ਹੈ ਉਹਦੇ ਵਿੱਚ ਪੋਕਿਟ ਦੇ ਵਿੱਚ ਲਾਈਟ ਲੱਗੀ ਹੋਈ, ਬਿਲਕੁਲ ਇਸੇ ਤਰੀਕੇ ਦੇ ਨਾਲ ਇਹ ਲਾਈਟ ਲੱਗੇਗੀ। ਚਲੋ ਮੈਂ ਤੁਹਾਨੂੰ ਦਿਖਾਉਂਦਾ ਹਾਂ ਇਹ ਲੱਗਣ ਤੋਂ ਬਾਅਦ ਕਿਸ ਤਰ੍ਹਾਂ ਲੱਗਦੀ ਹੈ। ਹਾਂਜੀ, ਹੁਣ ਟਾਈਮ ਆ ਗਿਆ ਹੈ ਤੁਹਾਨੂੰ ਦਿਖਾਉਣ ਦਾ ਲਾਈਟ, ਔਰ ਲਾਈਟ ਜਿਹੜੀ ਆ ਪੋਕਿਟ ਦੇ ਵਿੱਚ ਕਿਸ ਤਰ੍ਹਾਂ ਲੱਗਦੀ ਹੈ। ਐਕਚੁਅਲੀ ਸਾਡਾ ਵਾਸ਼ਰੂਮ ਛੋਟਾ ਹੋਣ ਕਰਕੇ ਪਤਾ ਨਹੀਂ ਚੱਲ ਰਿਹਾ, ਜਿਹੜੀ ਇਹ ਲਾਈਟ ਹੈ ਇਹ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਹੀ ਹੈ। ਐਕਚੁਅਲੀ ਜਿਹੜੀ ਬਾਥਰੂਮ ਸਾਡਾ ਛੋਟਾ ਹੋਣ ਕਰਕੇ ਜਿਹੜਾ ਵੀਡੀਓ ਹੈ ਆਈਫੋਨ ਦੀ ਕੈਮਰੇ ਤੋਂ ਮੈਂ ਵੀਡੀਓ ਸ਼ੂਟ ਕਰ ਰਿਹਾ ਹਾਂ, ਇਹ ਲਾਈਟ ਨੂੰ ਪ੍ਰੋਪਰ ਜਸਟੀਫਾਈ ਨਹੀਂ ਕਰ ਪਾ ਰਿਹਾ। ਤੁਸੀਂ ਇਹਦੇ ਵਿੱਚ ਦੇਖੋਗੇ ਕਿਸ ਤਰ੍ਹਾਂ ਲਾਈਟ ਜਿਹੜੀ ਆ ਐਕਸਟਰਾ ਬ੍ਰਾਈਟ ਦਿਖਾਈ ਦੇ ਰਹੀ ਹੈ, ਬਟ ਇਸ ਤਰ੍ਹਾਂ ਕੁਛ ਵੀ ਨਹੀਂ ਹੈ। ਫੋਨ ਦੇ ਵਿੱਚੋਂ ਵੀ ਅਸੀਂ ਇਸਨੂੰ ਆਈ ਥਿੰਕ ਤੁਹਾਨੂੰ ਲਾਈਟਾਂ ਔਫ ਕਰਨੀਆਂ ਪੈਣਗੀਆਂ, ਮੇ ਬੀ ਤਾਂ ਕਰਕੇ ਥੋੜ੍ਹਾ ਜ਼ਿਆਦਾ ਵਧੀਆ ਦਿਖਾਈ ਦੇਗਾ। ਹਾਂ ਵੇਖੋ ਜੀ, ਇਹ ਜਿਹੜੀ ਲਾਈਟ ਹੁੰਦੀ ਹੈਗੀ ਹੈ ਜਿਸ ਤਰ੍ਹਾਂ ਤੁਸੀਂ ਰਾਤ ਨੂੰ ਅੱਧ ਰਾਤ ਨੂੰ ਤੁਸੀਂ ਜੇ ਆਉਂਦੇ ਹੋ ਵਾਸ਼ਰੂਮ ਦੇ ਵਿੱਚ ਅਤੇ ਉਸ ਵੇਲੇ ਤੁਹਾਡੀਆਂ ਅੱਖਾਂ ਦੇ ਵਿੱਚ ਬਿਲਕੁਲ ਵੀ ਨਹੀਂ ਇਹ ਚੁੱਭਦੀ ਹੈਗੀ ਲਾਈਟ, ਇਸ ਕਰਕੇ ਬਹੁਤ ਹੀ ਜ਼ਿਆਦਾ ਰਾਤ ਵੇਲੇ ਵਧੀਆ ਹੈ। ਬਾਕੀ ਲਾਈਟ ਦੀ ਪਰਫੋਰਮੈਂਸ ਬਹੁਤ ਵਧੀਆ ਹੈ, ਲਾਈਟ ਜਿਹੜੀ ਆ ਉਹ ਕੈਮਰੇ ਦੇ ਵਿੱਚ ਜਸਟੀਫਾਈ ਪ੍ਰੋਪਰ ਨਹੀਂ ਹੋ ਪਾ ਰਹੀ, ਬਟ ਲਿਟਰਲੀ ਫਰੈਂਡਸ ਲਾਈਟ ਦੀ ਬ੍ਰਾਈਟਨੈਸ ਬਹੁਤ ਹੀ ਜ਼ਿਆਦਾ ਵਧੀਆ ਹੈ। ਗਾਇਸ, ਜੇ ਤੁਹਾਨੂੰ ਮੇਰੀਆਂ ਵੀਡੀਓਜ਼ ਵਧੀਆ ਲੱਗ ਰਹੀਆਂ ਹਨ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਮੇਰੀਆਂ ਵੀਡੀਓਜ਼ ਨੂੰ ਅਤੇ ਕਮੈਂਟਸ ਕਰਿਓ।